ਪਰ ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਮਾਮਲਿਆਂ ਨੂੰ ਚੁੱਕ ਰਹੀ ਹੈ, ਸਪਸ਼ਟ ਨਜ਼ਰ ਆ ਰਿਹਾ ਕਿ ਇਸ ਕਰਕੇ ਚੁੱਕ ਰਹੀ ਹੈ ਕਿ ਅਚਾਨਕ ਇਹਨਾਂ ਨੂੰ ਇਸ ਕਰਕੇ ਚੇਤਾ ਆਇਆ ਕਿਉਂਕਿ ਹੁਣ ਬਾਦਲ ਦਲ ਜਿਹੜਾ ਆ ਉਹ ਦੁਬਾਰਾ ਪੰਥਕ ਖੇਤਰ ਦੇ ਵਿੱਚ ਜਾਂ ਰਾਜਨੀਤੀ ਦੇ ਪੰਥਕ ਹਿੱਸੇ ਦੇ ਵਿੱਚ ਆਪਣੀ ਪੈਰ ਜਿਹੜੀ ਆ ਉਹ ਦੁਬਾਰਾ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਭਾਜਪਾ ਦੇ ਨਾਲ ਪੰਜਾਬ ਦੇ ਵਿੱਚ 15 ਸਾਲ ਸਰਕਾਰ ਰਹੀ। ਉਹਨਾਂ 15 ਸਾਲਾਂ ਦੇ ਦੌਰਾਨ ਇੱਕ ਵੀ ਸਿਆਸੀ ਤੌਰ ਦੇ ਉੱਪਰ ਪਹਿਲਕਦਮੀ ਕੀਤੀ ਗਈ ਹੋਵੇ ਬੰਦੀ ਸਿੰਘਾਂ ਦੇ ਮਾਮਲੇ ਨੂੰ ਹੱਲ ਕਰਵਾਉਣ ਦੀ ਜਾਂ ਉਹਨਾਂ ਦੀ ਰਿਹਾਈ ਕਰਵਾਉਣ ਦੀ, ਅਜਿਹੀ ਗੱਲ ਨਹੀਂ ਬਣ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਪਹਿਲਾਂ ਤੁਹਾਡੀ ਕੇਂਦਰ ਦੇ ਵਿੱਚ ਭਾਈਵਾਲੀ ਸੀ, ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਸੀ, ਔਰ ਤੁਸੀਂ ਇੱਕ ਸਿਆਸੀ ਤੌਰ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਦਖਲ ਅੰਦਾਜ਼ੀ ਦੇ ਕੇ ਕੋਈ ਸਕਾਰਾਤਮਕ ਰੋਲ ਨਿਭਾਉਣ ਦੀ ਭੂਮਿਕਾ ਦੇ ਵਿੱਚ ਸੀਗੇ, ਉਦੋਂ ਤਾਂ ਤੁਸੀਂ ਕੁਛ ਕੀਤਾ ਨਹੀਂ। ਸੋ ਹੁਣ ਜਦੋਂ ਤੁਹਾਡੀ ਕੇਂਦਰ ਦੇ ਨਾਲ ਬਣਦੀ ਨਹੀਂ, ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਨਹੀਂ ਗੀ, ਭਾਜਪਾ ਤੁਹਾਨੂੰ ਬਿਲਕੁਲ ਡੈਸੀਮੇਟ ਕਰਨ ਦੇ ਉੱਤੇ ਆਈ ਹੋਈ ਹੈ, ਹਾਸ਼ੀਏ ਦੇ ਉੱਪਰ ਧੱਕ ਰਹੀ ਹੈ, ਅਜਿਹੇ ਵਿੱਚ ਤੁਸੀਂ ਜਿਸ ਵੀ ਮਸਲੇ ਨੂੰ ਹੱਥ ਪਾਓਗੇ ਉਹ ਮਸਲਾ ਕਿਉਂ ਕੇਂਦਰ ਹੱਲ ਕਰੂਗਾ? ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਦੇ ਵਿੱਚ ਜੇਕਰ ਅੱਜ ਇਹ ਚਾਹੁੰਦੇ ਨੇ ਕਿ ਬੰਦੀ ਸਿੰਘਾਂ ਦੇ ਮਸਲੇ ਦੇ ਵਿੱਚ ਅਸੀਂ ਕੋਈ ਪਹਿਲਕਦਮੀ ਕਰੀਏ, ਬੜੀ ਚੰਗੀ ਗੱਲ ਹੈ, ਪਰ ਇਹ ਦੇਖਣਾ ਚਾਹੀਦਾ ਕਿ ਬੀਤੇ ਦੇ ਵਿੱਚ ਇਹਨਾਂ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਕੀ ਰਹੀ ਹੈ। ਕਿ ਜਿਸ ਤਰੀਕੇ ਦੇ ਨਾਲ ਤੁਸੀਂ ਕਰ ਰਹੇ ਹੋ ਤੁਸੀਂ ਇਸ ਮਸਲੇ ਦਾ ਵੀ ਨੁਕਸਾਨ ਕਰੋਗੇ, ਕਿਉਂਕਿ ਕੇਂਦਰ ਇਸ ਵਕਤ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕ੍ਰੈਡਿਟ ਦੇਣ ਦੇ ਹੱਕ ਦੇ ਵਿੱਚ ਨਹੀਂ ਹੈ, ਬਲਕਿ ਜਿਸ ਮਸਲੇ ਨੂੰ ਤੁਸੀਂ ਛੋਹੋਗੇ ਉਹ ਉਹਨਾਂ ਨੇ ਅਸ਼ੁਭਤਾ ਵਾਂਗੂ ਉਹ ਮਸਲਾ ਜਿਹੜਾ ਆ ਉਹ ਪਾਸੇ ਕਰਕੇ ਰੱਖ ਦੇਣਾ। ਸੋ ਇਹ ਸਾਰੀ ਸਥਿਤੀ ਹੀ ਹੈ ਜੋ ਕੁਝ ਅੱਜ ਵਾਪਰ ਰਿਹਾ, ਜੋ ਮੋਦੀ ਵੱਲੋਂ ਇਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ, ਸਮਾਂ ਨਹੀਂ ਦਿੱਤਾ ਜਾ ਰਿਹਾ, ਵਾਰ ਵਾਰ ਹਾੜੇ ਕੱਢਣ ਦੇ ਬਾਵਜੂਦ ਵੀ ਇਹ ਕੋਈ ਅਣਕਿਆਸੀ ਗੱਲ ਨਹੀਂ ਹੈ, ਇਹ ਪਤਾ ਹੀ ਸੀਗਾ ਕਿ ਇਸ ਤਰੀਕੇ ਦੇ ਨਾਲ ਹੋਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਤੁਹਾਡੇ ਨਾਲ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਕੁਝ ਬੇਨਤੀਆਂ ਸਾਂਝੀਆਂ ਕਰਨੀਆਂ ਨੇ। ਪਿਛਲੇ ਸਮੇਂ ਦੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਸ ਦਾ ਕਿ ਪ੍ਰਬੰਧ ਬਾਦਲ ਦਲ ਦੇ ਕੋਲ ਹੈ, ਉਹਨਾਂ ਦੇ ਵੱਲੋਂ ਬੰਦੀ ਸਿੰਘਾਂ ਦੇ ਮਾਮਲੇ ਦੇ ਵਿੱਚ ਇੱਕ ਦਸਤਖਤੀ ਮੁਹਿੰਮ ਚਲਾਈ ਜਾ ਰਹੀ ਹੈ, ਔਰ ਲੰਘੇ ਦਿਨ ਇਸ ਸੰਬੰਧ ਦੇ ਵਿੱਚ ਖਬਰਾਂ ਜਿਹੜੀਆਂ ਨੇ ਉਹ ਵੱਖ ਵੱਖ ਅਖਬਾਰਾਂ ਦੇ ਵਿੱਚ ਨਸ਼ਰ ਹੋਈਆਂ, ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਇੰਡੀਆ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਬੰਦੀ ਸਿੰਘਾਂ ਦੇ ਮਾਮਲੇ ਦੇ ਉੱਪਰ ਗੱਲਬਾਤ ਕਰਨ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ। ਇਸ ਸੰਬੰਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਲਾਏ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਹੋਣਾਂ ਨੇ ਵੀ ਬਿਆਨ ਦਿੱਤਾ ਅਤੇ ਉਹਨਾਂ ਨੇ ਕਿਹਾ ਕਿ ਬੜੀ ਮੰਦਭਾਗੀ ਗੱਲ ਹੈ, ਪਰ ਦੇਖਣਾ ਚਾਹੀਦਾ ਹੈ ਕਿ ਕੀ ਜੋ ਇਹ ਵਾਪਰ ਰਿਹਾ ਆ, ਜੋ ਮੋਦੀ ਦੇ ਵੱਲੋਂ ਇਹਨਾਂ ਦੇ ਜੋ ਸਮਾਂ ਮੰਗਿਆ ਆ ਜੋ ਨਹੀਂ ਦਿੱਤਾ ਜਾ ਰਿਹਾ, ਕਿ ਕੀ ਇਹ ਕੋਈ ਅਣਕਿਆਸੀ ਗੱਲ ਹੈ ਜਾਂ ਕੋਈ ਅਲੋਕਾਰੀ ਗੱਲ ਵਾਪਰ ਰਹੀ ਹੈ, ਜਾਂ ਉਮੀਦ ਹੀ ਸੀਗੀ ਕਿ ਇਸ ਤਰ੍ਹਾਂ ਵਾਪਰੇਗਾ? ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਪਿਛਲੇ ਸਮੇਂ ਦੇ ਦੌਰਾਨ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਇੱਕ ਇਕੱਤਰਤਾ ਬੁਲਾਈ ਗਈ ਸੀ, ਜਿਹਦੇ ਵਿੱਚ ਵੱਖ ਵੱਖ ਸਿੱਖ ਜਥੇਬੰਦੀਆਂ ਨੂੰ, ਪੋਲੀਟੀਕਲ ਪਾਰਟੀਆਂ ਜਿਹੜੀਆਂ ਸਿੱਖਾਂ ਨਾਲ ਸੰਬੰਧਿਤ ਹੈਗੀਆਂ ਨੇ ਜਾਂ ਹੋਰ ਜੋ ਧਾਰਮਿਕ ਸਮਾਜਿਕ ਰੂਪ ਦੇ ਵਿੱਚ ਸਿੱਖ ਸੰਸਥਾਵਾਂ ਵਿਚਰ ਰਹੀਆਂ, ਉਹਨਾਂ ਨੂੰ ਉਸ ਇਕੱਤਰਤਾ ਦੇ ਵਿੱਚ ਬੁਲਾਇਆ ਗਿਆ ਸੀਗਾ। ਸੋ ਉਸ ਸਮੇਂ ਦੇ ਦੌਰਾਨ ਵੀ ਅਸੀਂ ਉਸ ਇਕੱਤਰਤਾ ਦੇ ਵਿੱਚ ਇਹੀ ਮਤ ਰੱਖੀ ਸੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮਾਮਲੇ ਦੇ ਵਿੱਚ ਜੇਕਰ ਅੱਜ ਇਹ ਚਾਹੁੰਦੇ ਨੇ ਕਿ ਬੰਦੀ ਸਿੰਘਾਂ ਦੇ ਮਸਲੇ ਦੇ ਵਿੱਚ ਅਸੀਂ ਕੋਈ ਪਹਿਲਕਦਮੀ ਕਰੀਏ, ਬੜੀ ਚੰਗੀ ਗੱਲ ਹੈ, ਪਰ ਇਹ ਦੇਖਣਾ ਚਾਹੀਦਾ ਕਿ ਬੀਤੇ ਦੇ ਵਿੱਚ ਇਹਨਾਂ ਦੀ ਕਾਰਗੁਜ਼ਾਰੀ ਜਿਹੜੀ ਹੈ ਉਹ ਕੀ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਦੀ
ਭਾਜਪਾ ਦੇ ਨਾਲ ਪੰਜਾਬ ਦੇ ਵਿੱਚ 15 ਸਾਲ ਸਰਕਾਰ ਰਹੀ। ਉਹਨਾਂ 15 ਸਾਲਾਂ ਦੇ ਦੌਰਾਨ ਇੱਕ ਵੀ ਸਿਆਸੀ ਤੌਰ ਦੇ ਉੱਪਰ ਪਹਿਲਕਦਮੀ ਕੀਤੀ ਗਈ ਹੋਵੇ ਬੰਦੀ ਸਿੰਘਾਂ ਦੇ ਮਾਮਲੇ ਨੂੰ ਹੱਲ ਕਰਵਾਉਣ ਦੀ ਜਾਂ ਉਹਨਾਂ ਦੀ ਰਿਹਾਈ ਕਰਵਾਉਣ ਦੀ, ਅਜਿਹੀ ਗੱਲ ਨਹੀਂ ਵਾਪਰੀ। ਬਲਕਿ ਬਹੁਤ ਸਾਰੇ ਮਾਮਲਿਆਂ ਦੇ ਵਿੱਚ ਇਹ ਉਸੇ ਤਰ੍ਹਾਂ ਹੀ ਬੰਦੀ ਸਿੰਘਾਂ ਦੀ ਰਿਹਾਈ ਦੇ ਵਿੱਚ ਅੜਿੱਕਾ ਡਾਉਂਦੇ ਰਹੇ ਨੇ, ਜਿਸ ਤਰ੍ਹਾਂ ਅੱਜ ਆਮ ਆਦਮੀ ਪਾਰਟੀ ਦੀ ਦਿੱਲੀ ਅਤੇ ਪੰਜਾਬ ਵਾਲੀ ਜਿਹੜੀ ਸਰਕਾਰ ਹੈ ਉਹ ਉਡਾ ਰਹੇ ਨੇ। ਸੋ ਬਿਲਕੁਲ ਇਹੀ ਰਵੱਈਆ ਇਹਨਾਂ ਦਾ ਰਿਹਾ। ਚਾਹੇ ਉਹ ਪੁਲਿਸ ਵਾਲਿਆਂ ਦੇ ਕੇਸਾਂ ਦੀ ਪੈਰਵਾਈ ਕਰਨੀ ਹੋਵੇ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਾਮਲੇ ਦੇ ਵਿੱਚ ਗੱਲ ਬੜੀ ਸਪੱਸ਼ਟ ਹੈ ਕਿ ਸੁਮੇਧ ਸੈਣੀ ਦੀ ਕਿਸ ਤਰ੍ਹਾਂ ਬਾਦਲ ਸਰਕਾਰ ਦੇ ਵੱਲੋਂ ਆਪਣੇ ਖਰਚੇ ਦੇ ਉੱਪਰ ਜਿਹੜੀ ਉਹ ਸੁਪਰੀਮ ਕੋਰਟ ਤੱਕ ਪੈਰਵਾਈ ਕੀਤੀ ਗਈ। ਸੋ ਇਸੇ ਤਰ੍ਹਾਂ ਹੀ ਜਿਹੜੀ ਉਹਨਾਂ ਦੀ ਫਾਂਸੀ ਰੱਦ ਕਰਵਾਉਣ ਦਾ ਸੀ ਉਹ ਵੀ ਕਾਨੂੰਨੀ ਤੌਰ ਦੇ ਉੱਪਰ ਸਾਰਾ ਕੁਝ ਵਾਪਰਿਆ, ਸਿਆਸੀ ਤੌਰ ਦੇ ਉੱਪਰ ਇਹਨਾਂ ਦੇ ਵੱਲੋਂ ਕੋਈ ਵੀ ਪਹਿਲਕਦਮੀ ਨਹੀਂ ਕੀਤੀ ਗਈ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਜਦੋਂ ਪਹਿਲਾਂ ਤੁਹਾਡੀ ਕੇਂਦਰ ਦੇ ਵਿੱਚ ਭਾਈਵਾਲੀ ਸੀ, ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਸੀ, ਔਰ ਤੁਸੀਂ ਇੱਕ ਸਿਆਸੀ ਤੌਰ ਦੇ ਉੱਪਰ ਕਿਸੇ ਵੀ ਤਰ੍ਹਾਂ ਦੀ ਦਖਲ ਅੰਦਾਜ਼ੀ ਦੇ ਕੇ ਕੋਈ ਸਕਾਰਾਤਮਕ ਰੋਲ ਨਿਭਾਉਣ ਦੀ ਭੂਮਿਕਾ ਦੇ ਵਿੱਚ ਸੀਗੇ, ਉਦੋਂ ਤਾਂ ਤੁਸੀਂ ਕੁਛ ਕੀਤਾ ਨਹੀਂ। ਸੋ ਹੁਣ ਜਦੋਂ ਤੁਹਾਡੀ ਕੇਂਦਰ ਦੇ ਨਾਲ ਬਣਦੀ ਨਹੀਂ, ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਨਹੀਂ ਗੀ, ਭਾਜਪਾ ਤੁਹਾਨੂੰ ਬਿਲਕੁਲ ਡੈਸੀਮੇਟ ਕਰਨ ਦੇ ਉੱਤੇ ਆਈ ਹੋਈ ਹੈ, ਹਾਸ਼ੀਏ ਦੇ ਉੱਪਰ ਧੱਕ ਰਹੀ ਹੈ, ਅਜਿਹੇ ਵਿੱਚ ਤੁਸੀਂ ਜਿਸ ਵੀ ਮਸਲੇ ਨੂੰ ਹੱਥ ਪਾਓਗੇ ਉਹ ਮਸਲਾ ਕਿਉਂ ਕੇਂਦਰ ਹੱਲ ਕਰੂਗਾ? ਸੋ ਇਹ ਗੱਲ ਉੱਥੇ ਉਸ ਮੀਟਿੰਗ ਦੇ ਵਿੱਚ ਵੀ ਇਹ ਗੱਲ ਕਹੀ ਗਈ ਸੀਗੀ ਕਿ ਅੱਜ ਜੋ ਤੁਹਾਨੂੰ ਇਕੱਤਰਤਾਵਾਂ ਬੁਲਾਉਣੀਆਂ ਪੈ ਰਹੀਆਂ, ਇਹ ਸਾਰਾ ਕੁਝ ਕਰਨਾ ਪੈ ਰਿਹਾ, ਇਹ ਇਸ ਕਰਕੇ ਕਰਨਾ ਪੈ ਰਿਹਾ ਕਿ ਸਮਾਂ ਰਹਿੰਦਿਆਂ ਤੁਹਾਡੇ ਵੱਲੋਂ ਜੋ ਕਰਨਾ ਬਣਦਾ ਸੀ ਉਹ ਨਹੀਂ ਕੀਤਾ ਗਿਆ। ਦੂਸਰੀ ਗੱਲ ਕਿ ਜਿਸ ਤਰੀਕੇ ਦੇ ਨਾਲ ਤੁਸੀਂ ਕਰ ਰਹੇ ਹੋ ਤੁਸੀਂ ਇਸ ਮਸਲੇ ਦਾ ਵੀ ਨੁਕਸਾਨ ਕਰੋਗੇ, ਕਿਉਂਕਿ ਕੇਂਦਰ ਇਸ ਵਕਤ ਤੁਹਾਨੂੰ ਕਿਸੇ ਵੀ ਤਰ੍ਹਾਂ ਦਾ ਕ੍ਰੈਡਿਟ ਦੇਣ ਦੇ ਹੱਕ ਦੇ ਵਿੱਚ ਨਹੀਂ ਹੈ। ਬਲਕਿ ਜਿਸ ਮਸਲੇ ਨੂੰ ਤੁਸੀਂ ਛੋਹੋਗੇ ਉਹ ਉਹਨਾਂ ਨੇ ਅਛੂਤਾ ਵਾਂਗੂ ਉਹ ਮਸਲਾ ਜਿਹੜਾ ਆ ਉਹ ਪਾਸੇ ਕਰਕੇ ਰੱਖ ਦੇਣਾ। ਸੋ ਬਿਲਕੁਲ ਇਹੀ ਗੱਲ ਜਿਹੜੀ ਅੱਜ ਵਾਪਰ ਰਹੀ ਹੈ। ਔਰ ਇੱਕ ਗੱਲ ਹੋਰ ਵੀ, ਇਹ ਗੱਲ ਕਹੀ ਗਈ ਸੀ ਕਿ ਵੱਖ ਵੱਖ ਪਾਰਟੀਆਂ ਜੋ ਇਕੱਤਰ ਕੀਤੀਆਂ ਗਈਆਂ ਨੇ ਇਹਨਾਂ ਸਾਰਿਆਂ ਦੇ ਸਿਆਸੀ ਮੁਫਾਦ ਨੇ। ਸੋ ਸਿਆਸੀ ਮੁਫਾਦਾਂ ਵਾਲੇ ਲੋਕ ਅਕਸਰ ਭਾਵਨਾਤਮਕ ਮਸਲਿਆਂ ਨੂੰ ਆਪਣੇ ਮੁਫਾਦਾਂ ਨੂੰ ਸਰ ਕਰਨ ਦੇ ਵਾਸਤੇ ਵਰਤਦੇ ਹੈ, ਉਹਦੇ ਵਿੱਚੋਂ ਮਸਲੇ ਦਾ ਨੁਕਸਾਨ ਕਰਦੇ ਹੈ। ਸੋ ਇਹ ਸਾਰੀ ਸਥਿਤੀ ਹੀ ਹੈ ਜੋ ਕੁਝ ਅੱਜ ਵਾਪਰ ਰਿਹਾ, ਜੋ ਮੋਦੀ ਵੱਲੋਂ ਇਹਨਾਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ, ਸਮਾਂ ਨਹੀਂ ਦਿੱਤਾ ਜਾ ਰਿਹਾ, ਵਾਰ ਵਾਰ ਹਾੜੇ ਕੱਢਣ ਦੇ ਬਾਵਜੂਦ ਵੀ ਇਹ ਕੋਈ ਅਣਕਿਆਸੀ ਗੱਲ ਨਹੀਂ ਹੈ, ਇਹ ਪਤਾ ਹੀ ਸੀਗਾ ਕਿ ਇਸ ਤਰੀਕੇ ਦੇ ਨਾਲ ਹੋਣਾ। ਦੂਸਰੀ ਗੱਲ ਇਸ ਸੰਬੰਧ ਦੇ ਵਿੱਚ ਇਹ ਕੀ ਕਹੀ ਗਈ ਸੀ ਜਿਹੜੀ ਕਿ ਹੱਲ ਦੇ ਨਾਲ ਜੁੜਦੀ ਹੈ, ਕਿਉਂਕਿ ਸਿਰਫ ਸਮੱਸਿਆ ਦਾ ਵਿਸ਼ਲੇਸ਼ਣ ਜਾਂ ਪੜਚੋਲ ਕਰ ਲੈਣੀ ਕਾਫੀ ਨਹੀਂ ਹੁੰਦੀ, ਉਹਦੇ ਹੱਲ ਬਾਰੇ ਵੀ ਕੁਝ ਨਾ ਕੁਝ ਨਜ਼ਰੀਆ ਜਿਹੜਾ ਉਹ ਸਾਂਝਾ ਕੀਤਾ ਜਾਣਾ ਚਾਹੀਦਾ। ਸੋ ਉਸ ਇਕੱਤਰਤਾ ਦੇ ਵਿੱਚ ਵੀ ਅਸੀਂ ਇਹ ਗੱਲ ਕਹੀ ਸੀ ਕਿ ਜਦੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਡਿਫੈਂਸ ਕਮੇਟੀ ਬਣੀ ਸੀਗੀ, ਜਦੋਂ ਇੰਡੀਆ ਦੀਆਂ ਅਦਾਲਤਾਂ ਦੇ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਉਹਨਾਂ ਨੂੰ ਸਾਲ 2001 ਦੇ ਵਿੱਚ ਫਾਂਸੀ ਸੁਣਾਈ ਗਈ ਸੀ, ਸੋ ਉਸ ਸਮੇਂ ਤਕਰੀਬਨ 42 ਸਿੱਖਾਂ ਦੀਆਂ ਜਥੇਬੰਦੀਆਂ ਜਾਂ ਵੱਖ ਵੱਖ ਪਾਰਟੀਆਂ ਜਿਹਦੇ ਵਿੱਚ 6 ਸਿਆਸੀ ਪਾਰਟੀਆਂ ਵੀ ਸ਼ਾਮਿਲ ਸਨ, ਜਿਹਦੇ ਵਿੱਚ ਦਿੱਲੀ ਕਮੇਟੀ ਸ਼ਾਮਿਲ ਸੀ, ਜਿਹਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵਾਲੀ ਵੀ ਸ਼ਾਮਿਲ ਸੀ, ਅਤੇ ਜਿਹਦੇ ਵਿੱਚ ਵੱਖ ਵੱਖ ਕਿਸਾਨ ਯੂਨੀਅਨਾਂ, ਮਨੁੱਖੀ ਅਧਿਕਾਰਾਂ ਦੀਆਂ ਜਥੇਬੰਦੀਆਂ, ਵੱਖ ਵੱਖ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਧੜੇ, ਇਹ ਸਾਰੇ ਹੀ ਉਹਦੇ ਵਿੱਚ ਸ਼ਾਮਿਲ ਸੀਗੇ। ਪਰ ਉਸ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਡਿਫੈਂਸ ਕਮੇਟੀ ਦੀ ਜਿਹੜੀ ਅਗਵਾਈ ਹੈ ਉਹ ਬਿਲਕੁਲ ਨਿਰਪੱਖ ਸ਼ਖਸੀਅਤਾਂ ਦੇ ਕੋਲ ਸੀ ਜਿਹੜੇ ਕਾਨੂੰਨੀ ਅਤੇ ਮਨੁੱਖੀ ਅਧਿਕਾਰਾਂ ਦੇ ਖੇਤਰ ਦੇ ਵਿੱਚ ਪਹਿਲਕਦਮੀ ਕਰ ਰਹੇ ਸੀਗੇ। ਜਸਟਿਸ ਅਜੀਤ ਸਿੰਘ ਬੈਂਸ, ਮੈਨੂੰ ਯਾਦ ਹੈ ਕਿ ਉਸ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਡਿਫੈਂਸ ਕਮੇਟੀ ਦੇ ਉਹ ਕਨਵੀਨਰ ਸੀਗੇ, ਤਾਲਮੇਲ ਕਰਤਾ ਸੀਗੇ। ਸੋ ਇਸੇ ਤਰ੍ਹਾਂ ਹੀ ਜਿਹੜੀ 5 ਮੈਂਬਰੀ ਤਾਲਮੇਲ ਕਮੇਟੀ ਬਣੀ ਸੀਗੀ ਜਾਂ ਇੱਕ ਜਥਾ ਬਣਿਆ ਸੀਗਾ ਉਹਦੇ ਵਿੱਚ ਕਿਸੇ ਸਿਆਸੀ ਮੁਫਾਦ ਵਾਲਾ ਕੋਈ ਵੀ ਵਿਅਕਤੀ ਨਹੀਂ ਸੀ, ਬਲਕਿ ਮਨੁੱਖੀ ਹੱਕਾਂ ਅਤੇ ਕਾਨੂੰਨੀ ਖੇਤਰ ਦੇ ਵਿੱਚ ਕੰਮ ਕਰਨ ਵਾਲੇ ਸੀ। ਇਹੀ ਕਾਰਨ ਸੀਗਾ
ਉਸ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਡਿਫੈਂਸ ਕਮੇਟੀ ਦੀ ਸਮੁੱਚੀ ਕਾਰਵਾਈ ਦੇ ਵਿੱਚ ਸਾਰਿਆਂ ਹੀ ਹਿੱਸਿਆਂ ਦੇ ਵੱਲੋਂ ਯੋਗਦਾਨ ਪਾਇਆ ਜਾਂਦਾ ਰਿਹਾ। ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਹੋਇਆ ਮੈਂ ਖੁਦ ਉਸ ਮਾਰਚ ਦੇ ਵਿੱਚ ਸ਼ਮੂਲੀਅਤ ਕੀਤੀ ਸੀ ਅਤੇ ਦਿੱਲੀ ਦੇ ਵਿੱਚ 10,000 ਦੀ ਗਿਣਤੀ ਕਰੀਬ ਹੋਊਗੀ ਕਿ ਜਿਸ ਦਿਨ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਹੱਕ ਦੇ ਵਿੱਚ ਦਿੱਲੀ 'ਚ ਮੁਜ਼ਾਹਰਾ ਕੀਤਾ ਗਿਆ ਔਰ ਡਿਫੈਂਸ ਕਮੇਟੀ ਦੇ ਵੱਲੋਂ ਇੰਡੀਆ ਦੇ ਰਾਸ਼ਟਰਪਤੀ ਤੱਕ ਜਿਹੜੀ ਆ ਉਹ ਪਹੁੰਚ ਕਰਕੇ ਉਸ ਫਾਂਸੀ ਨੂੰ ਰੁਕਵਾਇਆ ਗਿਆ ਔਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਸ ਗੱਲ ਦੇ ਵਿੱਚ ਬਹੁਤ ਕਾਮਯਾਬੀ ਦੇ ਨਾਲ ਉਹ ਡਿਫੈਂਸ ਕਮੇਟੀ ਜਿਹੜੀ ਹੈ ਉਹ ਚੱਲਦੀ ਰਹੀ ਸੀਗੀ। ਪਰ ਹੁਣ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹਨਾਂ ਮਾਮਲਿਆਂ ਨੂੰ ਚੁੱਕ ਰਹੀ ਹੈ, ਸਪਸ਼ਟ ਨਜ਼ਰ ਆ ਰਿਹਾ ਕਿ ਇਸ ਕਰਕੇ ਚੁੱਕ ਰਹੀ ਹੈ ਕਿ ਅਚਾਨਕ ਇਹਨਾਂ ਨੂੰ ਇਸ ਕਰਕੇ ਚੇਤਾ ਆਇਆ ਕਿਉਂਕਿ ਹੁਣ ਬਾਦਲ ਦਲ ਜਿਹੜਾ ਆ ਉਹ ਦੁਬਾਰਾ ਪੰਥਕ ਖੇਤਰ ਦੇ ਵਿੱਚ ਜਾਂ ਰਾਜਨੀਤੀ ਦੇ ਪੰਥਕ ਹਿੱਸੇ ਦੇ ਵਿੱਚ ਆਪਣੀ ਪੈਰ ਜਿਹੜੀ ਆ ਉਹ ਦੁਬਾਰਾ ਸਥਾਪਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਆ। ਸੋ ਅਜਿਹੇ ਦੇ ਵਿੱਚ ਜਦੋਂ ਬਾਕੀ ਸਿਆਸੀ ਪਾਰਟੀਆਂ ਜਮਾਤਾਂ ਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਤੁਸੀਂ ਬਿਲਕੁਲ ਸਿਆਸੀ ਮੁਫਾਦਾਂ ਤੋਂ ਪ੍ਰੇਰਿਤ ਹੋ ਕੇ ਚੱਲ ਰਹੇ ਹੋ ਅਤੇ ਕੇਂਦਰ ਨੂੰ ਵੀ ਇਸ ਗੱਲ ਦਾ ਪਤਾ ਆ, ਤਾਂ ਫਿਰ ਕਿਉਂ ਉਹ ਏਕਤਾ ਬਣੀ ਰਹੂਗੀ ਤੁਹਾਡੀ ਅਤੇ ਕਿਉਂ ਕੇਂਦਰ ਤੁਹਾਡੀ ਗੱਲ ਸੁਣੂਗਾ। ਉਸ ਦਿਨ ਇਸ ਸਮੁੱਚੀ ਸਲਾਹ ਦੇ ਬਾਵਜੂਦ ਇਹਨਾਂ ਨੇ ਇੱਕ ਕਮੇਟੀ ਬਣਾਈ ਜਿਹਦੀ ਅਗਵਾਈ ਜਿਹੜੀ ਆ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜੇਦ ਕਰਕੇ ਆਪਣੇ ਕੋਲ ਰੱਖੀ। ਉਸ ਕਮੇਟੀ ਦੀ ਤੁਸੀਂ ਹਾਲਤ ਦੇਖੋ, ਉਹਦੀ ਇੱਕ ਵੀ ਮੀਟਿੰਗ ਹੋਣ ਤੋਂ ਪਹਿਲਾਂ ਮੈਂਬਰ ਇੱਕ ਦੂਸਰੇ ਦੇ ਖਿਲਾਫ਼ ਅਖ਼ਬਾਰਾਂ ਦੇ ਵਿੱਚ ਬਿਆਨ ਦੇ ਰਹੇ ਸੀਗੇ ਔਰ ਇੱਕ ਦੂਜੇ ਦੇ ਖਿਲਾਫ਼ ਤੋਹਮਤਬਾਜ਼ੀ ਕਰ ਰਹੇ ਸੀਗੇ। ਦੂਜੇ ਪਾਸੇ ਦੀ ਗੱਲ ਜਿਹੜੀ ਆ ਉਹ ਆਪਾਂ ਕਰ ਹੀ ਚੁੱਕੇ ਹਾਂ ਕਿ ਗੱਲ ਸੁਣਨੀ ਤਾਂ ਦੂਰ, ਉਹ ਮੀਟਿੰਗ ਦਾ ਵੀ ਸਮਾਂ ਨਹੀਂ ਦੇ ਰਹੇ। ਸੋ ਭਾਈ, ਇਹ ਸਿਰਫ ਮਸਲਾ ਇਹ ਨਹੀਂ ਹੈਗਾ ਕਿ ਤੁਹਾਡੀ ਗੱਲ ਨਹੀਂ ਸੁਣੀ ਜਾ ਰਹੀ ਜਾਂ ਤੁਸੀਂ ਚਾਰ ਅਖ਼ਬਾਰਾਂ ਦੇ ਵਿੱਚ ਖਬਰਾਂ ਲਵਾ ਲਓਗੇ, ਮਸਲਾ ਇਹ ਹੈ ਕਿ ਪੰਥਕ ਪੱਧਰ ਦੇ ਉੱਪਰ ਕੀ ਕੀਤਾ ਜਾਣਾ ਚਾਹੀਦਾ। ਸੋ ਸਾਡਾ ਤਾਂ ਮੰਨਣਾ ਕਿ ਪੰਥਕ ਪੱਧਰ ਦੇ ਉੱਪਰ ਗੁਰੂ ਖਾਲਸਾ ਪੰਥ ਕਿਸੇ ਦੂਸਰੇ ਤਖ਼ਤ ਦੇ ਅੱਗੇ ਫਰਿਆਦੀ ਨਹੀਂ ਹੋ ਸਕਦਾ। ਸੋ ਸਾਡੇ ਜਦੋਂ ਆਪਾਂ ਸਾਰੇ ਆਪਣੇ ਆਪ ਨੂੰ ਗੁਰੂ ਖਾਲਸਾ ਪੰਥ ਦੇ ਸੇਵਾਦਾਰਾਂ ਦੇ ਵਜੋਂ ਸਮਝਦੇ ਹਾਂ ਜਾਂ ਗੁਰੂ ਖਾਲਸਾ ਪੰਥ ਦੀ ਹੈਸੀਅਤ 'ਚ ਜਦੋਂ ਸਾਡੀਆਂ ਸੰਸਥਾਵਾਂ ਵਿਚਰਦੀਆਂ ਨੇ, ਸੋ ਉਹਨਾਂ ਹਿੱਸਿਆਂ ਦੇ ਵੱਲੋਂ ਤਾਂ ਗੁਰੂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਬੰਦ ਖੁਲਾਸੀ ਦੀ ਅਤੇ ਬੰਦੀ ਛੋੜਦਾਤੇ ਦੇ ਚਰਨਾਂ ਦੇ ਵਿੱਚ ਅਰਦਾਸ ਹੀ ਕਰਨੀ ਪੜਦੀ ਹੈ। ਇਸ ਤੋਂ ਇਲਾਵਾ ਹੋਰ ਬਾਕੀ ਜੋ ਬਲ ਦੇ ਤਾਣ ਹੈਗੇ ਆ ਜੋ ਖਾਲਸਾ ਪੰਥ ਦੀ ਅਜ਼ਮਤ ਦੇ ਅਨੁਸਾਰੀ ਹੋਣ, ਉਹ ਇੱਕ ਅਲਹਿਦਾ ਵਿਸ਼ਾ ਹੈਗਾ। ਪਰ ਜੋ ਸਰਗਰਮੀ ਜਨਤਕ ਤੌਰ ਦੇ ਉੱਪਰ ਕਰਨੀ ਹੈ ਉਹਦੇ ਤਹਿਤ ਤਾਂ ਅਰਦਾਸ ਹੀ ਕਰਨੀ ਬਣਦੀ ਹੈ। ਹਾਂ, ਸਿੱਖਾਂ ਦੇ ਰਾਜਨੀਤਿਕ ਹਿੱਸੇ, ਸਮਾਜਿਕ ਹਿੱਸੇ ਜਾਂ ਮਨੁੱਖੀ ਅਧਿਕਾਰਾਂ ਦਾ ਕਾਰਜ ਕਰਨ ਵਾਲੇ ਜਿਹੜੇ ਹਿੱਸੇ ਹੈਗੇ ਆ ਉਹ ਆਪਣੀ ਸਰਗਰਮੀ ਜਨਤਕ ਖੇਤਰ ਦੇ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਮਾਮਲੇ ਦੇ ਵਿੱਚ ਕਰ ਸਕਦੇ ਨੇ। ਪਰ ਉਹਦੇ ਵਾਸਤੇ ਵੀ ਜਿਹੜਾ ਵੀ ਕੋਈ ਜਥਾ ਬਣੇ ਉਹ ਸਾਂਝਾ ਹੋਣਾ ਚਾਹੀਦਾ, ਨਿਰਪੱਖ ਹੋਣਾ ਚਾਹੀਦਾ। ਸਾਂਝਾ ਅਤੇ ਨਿਰਪੱਖ ਉਹ ਤਾਂ ਹੀ ਹੋ ਸਕਦਾ ਜੇਕਰ ਉਹਦੀ ਅਗਵਾਈ ਜਿਹੜੀ ਹੈ ਉਹ ਬੇਲਾਗ ਸ਼ਖਸੀਅਤਾਂ ਦੇ ਕੋਲ ਹੋਵੇ ਜਿਹੜੇ ਕਾਨੂੰਨੀ ਅਤੇ ਮਨੁੱਖੀ ਅਧਿਕਾਰਾਂ ਦੇ ਮਾਮਲਿਆਂ ਦੇ ਵਿੱਚ ਕਾਰਜ ਕਰਦੇ ਹੋਣ। ਸੋ ਆਖਰੀ ਬੇਨਤੀ ਇਸ ਸੰਬੰਧ ਦੇ ਵਿੱਚ ਇਹ ਹੈਗੀ ਕਿ ਜਿੰਨੇ ਵੀ ਬੰਦੀ ਸਿੰਘਾਂ ਦੀ ਪਿਛਲੇ ਸਮੇਂ ਦੇ ਦੌਰਾਨ ਰਿਹਾਈ ਹੋਈ ਹੈ ਉਹ ਕਾਨੂੰਨੀ ਪੈਰਵਾਈ ਦੇ ਤੌਰ ਦੇ ਉੱਪਰ ਹੋਈ ਹੈ, ਸਿਆਸੀ ਤੌਰ ਦੇ ਉੱਪਰ ਰਿਹਾਈ ਨਹੀਂ ਹੋਈ। ਸੋ ਸਿਆਸੀ ਤੌਰ ਦੇ ਉੱਪਰ ਤਾਂ ਆਪਾਂ ਦੇਖਿਆ ਕਿ ਕੇਂਦਰ ਨੇ 2019 ਦੇ ਵਿੱਚ 8 ਬੰਦੀ ਸਿੰਘਾਂ ਨੂੰ ਛੱਡਣ ਦਾ ਐਲਾਨ ਕੀਤਾ ਸੀ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਨੂੰ ਉਮਰ ਕੈਦ 'ਚ ਤਬਦੀਲ ਕਰਨ ਦਾ ਐਲਾਨ ਕੀਤਾ ਸੀ, ਪਰ ਉਹਨਾਂ ਦੇ ਵਿੱਚੋਂ ਕੋਈ 1-2 ਦੀ ਰਿਹਾਈ ਹੋਈ। ਉਸ ਤੋਂ ਇਲਾਵਾ ਬਾਕੀਆਂ ਦੀ ਰਿਹਾਈ ਜਿਨ੍ਹਾਂ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੋਣਾ ਦਾ ਨਾਂ ਸੀ ਉਹਨਾਂ ਦੀ ਰਿਹਾਈ ਅਜੇ ਤੱਕ ਨਹੀਂ ਹੋਈ, ਭਾਈ ਗੁਰਦੀਪ ਸਿੰਘ ਖੇੜਾ ਦਾ ਨਾਮ ਸੀਗਾ ਉਹਨਾਂ ਦੀ ਰਿਹਾਈ ਨਹੀਂ ਹੋਈ, ਇਸੇ ਤਰ੍ਹਾਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਉਮਰ ਕੈਦ 'ਚ ਤਬਦੀਲ ਕਰਨੀ ਸੀ ਉਹਦੇ ਤੋਂ ਤਾਂ ਹੁਣ ਮੁਨਕਰ ਹੀ ਹੋ ਚੁੱਕੀ ਹੈ ਕੇਂਦਰ ਸਰਕਾਰ। ਸੋ ਕਾਨੂੰਨੀ ਤੌਰ ਦੇ ਉੱਪਰ ਥੋੜ੍ਹੀ ਬਹੁਤੀ ਗੁੰਜਾਇਸ਼ ਰਹਿੰਦੀ ਹੈ, ਪਰ ਫਿਰ ਵੀ ਜੇ ਕੋਈ ਸਿਆਸੀ ਪੇਸ਼ਕਦਮੀ ਕਰਨੀ ਚਾਹੁੰਦਾ ਤਾਂ ਉਹ ਕਰਨੀ ਚਾਹੀਦੀ ਹੈ। ਪਰ ਉਹਦੇ ਵਾਸਤੇ ਜੋ ਇਹ ਬੇਨਤੀਆਂ ਸਾਂਝੀਆਂ ਕੀਤੀਆਂ ਨੇ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਚਾਹੀਦਾ। ਇੰਨੀਆਂ ਕੁ ਬੇਨਤੀਆਂ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਅਖੀਰ ਅੰਤ ਦਾ ਦਿਨ ਆ ਗਿਆ। ਸਾਰੇ ਪਰਿਵਾਰ ਨੂੰ ਅੰਤਮ ਦਰਸ਼ਨਾਂ ਵਾਸਤੇ ਬੁਲਾ ਲਿਆ ਗਿਆ। ਪੰਜਾਬ ਦਾ ਸ਼ੇਰ ਅਗਲੇ ਜਹਾਨ ਲਈ ਤਿਆਰ ਹੋ ਰਿਹਾ ਸੀ। ਚਿਹਰੇ ਦਾ ਰੰਗ ਬਦਲ ਚੁੱਕਾ ਸੀ, ਸਾਹ ਉਖੜਨਾ ਸ਼ੁਰੂ ਹੋ ਗਿਆ ਸੀ। ਅੰਤ ਇੱਕ ਲੰਮਾ ਸਾਰਾ ਹਟਕੋਰਾ ਆ ਕੇ ਜੋਤ ਬੁੱਝ ਗਈ। 58 ਸਾਲ 7 ਮਹੀਨੇ ਤੇ 26 ਦਿਨ ਦੀ ਉਮਰ ਗੁਜ਼ਾਰ ਕੇ ਮਹਾਰਾਜਾ ਰਣਜੀਤ ਸਿੰਘ ਕੂਚ ਕਰ ਗਿਆ। ਹਾੜ ਦੀ 15 1896 ਬਿਕਰਮੀ ਤੇ ਜੂਨ ਦੀ 27 1839 ਈਸਵੀ ਤਾਰੀਖ ਸੀ। ਉਸ ਦਿਨ ਵੀਰਵਾਰ ਤੇ ਪੂਰਨਮਾਸ਼ੀ ਦਾ ਦਿਹਾੜਾ ਸੀ। ਹਾਂ, ਪੂਰਨਮਾਸ਼ੀ, ਜਦ ਲੋਕਾਂ ਦੀਆਂ ਰਾਤਾਂ ਵੀ ਚਾਨਣੀਆਂ ਹੁੰਦੀਆਂ ਹਨ, ਪਰ ਪੰਜਾਬੀਆਂ ਦੇ ਭਾਅ ਦਾ ਦਿਨ ਦੀਵੀਂ ਹਨੇਰ ਪੈ ਗਿਆ। ਸਾਰਾ ਪਰਿਵਾਰ ਤਾਂ ਹੀ ਮਾਰ ਕੇ ਰੋਣ ਪਿੱਟਣ ਲੱਗ ਪਿਆ। ਜੰਗਲ ਦੀ ਅੱਗ ਵਾਂਗ ਖਬਰ ਸਾਰੇ ਸ਼ਹਿਰ ਵਿੱਚ ਫੈਲ ਗਈ। ਖੁਸ਼ੀ ਵਸਦੇ ਲਾਹੌਰ ਵਿੱਚ ਹਾਹਾਕਾਰ ਮੱਚ ਗਈ। ਸੋਗੀ ਵਾਤਾਵਰਨ ਵਿੱਚ ਦਰਦ ਵਾਲੇ ਲੋਕਾਂ ਦਾ ਦਮ ਘੁੱਟਿਆ ਜਾਣ ਲੱਗਾ। ਸ਼ੇਰੇ ਪੰਜਾਬ ਦੀ ਮੌਤ ਨਾਲ ਕੁਝ ਰਾਣੀਆਂ ਹੀ ਨਹੀਂ, ਸਾਰਾ ਪੰਜਾਬ ਰੰਡਾ ਹੋ ਗਿਆ। ਸਿੱਖਾਂ ਦਾ ਸੂਰਜ ਸਿਖਰ ਦੁਪਹਿਰੇ ਛਿਪ ਗਿਆ। ਕਿਸਮਤ ਨੇ ਪੰਜਾਬੀਆਂ ਵੱਲੋਂ ਮੂੰਹ ਫੇਰ ਲਿਆ। 5 ਦਰਿਆਵਾਂ ਦੀ ਧਰਤੀ ਦਾ ਬੱਚਾ ਬੱਚਾ ਰੋ ਰਿਹਾ ਸੀ ਤੇ ਵਿਰੋਧੀ ਖੁਸ਼ੀ ਮਨਾ ਰਹੇ ਸਨ। ਉਹਨਾਂ ਘਰੀ ਉਸ ਰਾਤ ਘਿਓ ਦੀਆਂ ਜੋਤਾਂ ਜਗੀਆਂ।